है जी। आप जौल बाजवा प्रोडक्शन सैन हो चुके हैं, जौल बाजवा प्रोडक्शन कंपनी आ पंजाब टू प्रदेश चैनल उन्हों का। हाँ जी, सोनी मान जी उन्होंने कंपनी अटैच हुई थी तो बड़ी उन्होंने तुम दिलासे दी इस तरह करेंगे इस तरह करेंगे, तो बाद चो फिर प्रेस कॉन्फ्रेंस गया कि मेरे कुछ नहीं, मेरे धोखा कर दिया गया, इतने कि विश्वास है। ਹਾਂਜੀ ਕੀ ਕਹਿੰਦਾ? ਇੱਥੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਹਾਂਜੀ ਬਹੁਤ ਵਿਸ਼ਵਾਸ ਵਾਧੂ, ਹਾਂਜੀ ਪੂਰਾ ਵਿਸ਼ਵਾਸ ਹੈ ਜੀ। ਪਹਿਲਾਂ ਵੀ ਬਾਤ ਹੋਈ ਸਾਹਿਬ, ਵਿਸ਼ਵਾਸ ਹੈ ਸੋਨੀ ਮਾਨ ਤੇ ਬੜਾ ਹੀ ਬਲੋਂ। ਹਾਂਜੀ ਹਾਂਜੀ, ਪਹਿਲਾਂ ਵੀ ਬਾਤ ਸੀ, ਹੁਣ ਵੀ ਜਿਹਨਾਂ ਦੇ ਨਾਲ ਆ ਰਹੇ ਨੇ ਬਾਤ ਨੇ, ਹਾਂਜੀ ਇਹਨਾਂ ਦੇ ਵਿਸ਼ਵਾਸ ਆ ਇਸ ਬਾਤ ਤੇ। ਸੋਨੀ ਮਾਨ ਮੜਾ ਜਾ ਉੱਠੇ ਹੁਣ ਸੌਂ ਗਏ, ਉਹ ਤੇ ਬਸ ਸਮਾਪਤੀ ਉਹਨਾਂ ਦੀ। ਨਹੀਂ ਗੱਲ 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 ਇਦਾਂ ਗੱਲ ਇਦਾਂ ਦੇਖੋ, ਨਹੀਂ ਮੈਂ ਇਹ ਜਿਹਦਾ ਸਵਾਲ ਦਾ ਮੈਂ ਜਵਾਬ ਦਿੰਦਾ ਕਿਉਂਕਿ ਉਹ ਛੋਟਾ ਬੱਚਾ ਵੀ ਆਪਾਂ ਕਹਿ ਸਕਦੇ ਨੇ। ਤੇ ਜਦੋਂ ਗੱਲ ਇਦਾਂ ਪਹਿਲਾਂ ਉਹਨਾਂ ਨੇ ਗੱਲ ਕੀਤੀ, ਗਿੱਲ ਸਾਹਿਬ ਨੇ ਕਿਹਾ ਕਿ ਤੁਸੀਂ ਰੈਪ ਦਾ ਰੇਪ ਕਰ ਰਹੇ ਹੋ। ਨਹੀਂ ਮੈਂ ਗੱਲ ਕਹੂੰਗਾ ਸੀ ਰੈਪ ਦਾ ਰੇਪ ਨਹੀਂ, ਰੈਪ ਨਾਲ ਇਨਸਾਫ ਕਰੇਗਾ ਐਂਡ ਹੋਏਗਾ ਵੀ ਤੁਸੀਂ ਦੇਖੋਗੇ ਵੱਖਰਾ ਰੰਗ ਕੇ ਵਾਕਈ ਬੰਦਾ ਕੁਝ ਸਿੱਖ ਕੇ ਆਇਆ। ਰੈਪ ਦਾ ਰੇਪ ਨਹੀਂ, ਰੈਪ ਨਾਲ ਇਨਸਾਫ ਹੋਊਗਾ। ਤਾਂ ਦੂਜੀ ਗੱਲ ਸੀ ਗੱਲ ਕੀਤੀ ਸੋਨੀ ਮਾਨ ਉਹਨਾਂ ਨਾਲ, ਚਲੋ ਬੜੇ ਸਤਿਕਾਰਯੋਗ ਨੇ ਮੇਰੇ ਲਈ, ਮੈਂ ਕਦੇ ਉਹਨਾਂ ਨਾਲ ਮਿਲਿਆ ਵੀ ਨਹੀਂ ਹੈ ਨਾ। ਤਾਂ ਮੈਂ ਇਹੀ ਗੱਲ ਕਹੂੰਗਾ ਵੀ ਜਿੱਥੋਂ ਜਿੰਨੀ ਨਿਭ ਗਈ ਤਾਂ ਮੁਬਾਰਕ ਉਹਨਾਂ ਨੂੰ, ਆਪਣਾ ਜ਼ਿੰਦਗੀ ਮੁਬਾਰਕ, ਇਹਨੂੰ ਆਪਣੀ ਮੁਬਾਰਕ ਹੈ ਨਾ। ਸੋ ਆਪਾਂ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਨਾ ਕ੍ਰੀਏਟ ਕਰੀਏ, ਇਹ ਬਹੁਤ ਚੰਗੀ ਗੱਲ ਆਪਣੇ ਲਈ ਹੈ ਨਾ। ਇਹ ਲਾਈਫ ਟਾਈਮ ਹੈ ਜੀ ਮੇਰੇ ਨਾਲ, ਅਸਲ 'ਚ ਇਹ ਜੌਲ ਬਾਜਵਾ ਪ੍ਰੋਡਕਸ਼ਨ ਦੇ ਨਾਲ ਕੰਮ ਕਰਦੇ ਨੇ। ਤਾਂ ਜਦੋਂ ਮੈਨੂੰ ਮਿਲੇ ਸੀ ਇਹ ਜੌਲ ਬਾਜਵਾ ਪ੍ਰੋਡਕਸ਼ਨ ਦੇ ਥਰੂ ਮਿਲੇ ਨੇ, ਤਾਂ ਮੇਰੀ ਕੋਸ਼ਿਸ਼ ਹੈ ਇਹਨਾਂ ਨਾਲ ਅੱਗੇ ਹੋਰ ਕੰਮ ਕਰਾਂ ਅਤੇ ਅੱਗੇ ਲੈ ਕੇ ਜਾਵਾਂ, ਆਪਣੇ ਸ਼ੋਅ 'ਤੇ ਲੈ ਕੇ ਜਾਵਾਂ, ਕੋਸ਼ਿਸ਼ ਕਰਾਂ ਇਹਨਾਂ ਨੂੰ ਪ੍ਰਮੋਟ ਕਰਨ ਦੀ ਕਿ ਲਾਈਫ ਟਾਈਮ ਲਈ ਬੰਦਾ ਵਰਕ ਕਰੇ ਇੰਡਸਟਰੀ ਦੇ ਵਿੱਚ। ਸੋਨੀ ਮਾਨ ਦੀ ਜਿਹੜੀ ਕੰਪਨੀ, ਜਦੋਂ ਉਹਨਾਂ ਨੇ ਜਦੋਂ ਅਟੈਚ ਕੀਤਾ ਜੀ ਮੁੱਖ ਮੰਤਰੀ ਨੂੰ, ਤਾਂ ਕਿਹਾ ਗਿਆ ਸੀ ਕਿ ਤੁਹਾਡੇ ਘਰ ਬਣਾ ਦਾਂਗੇ, ਤੁਹਾਡੀ ਜਿਹੜੀ ਮੁਸ਼ਕਲਾਂ ਨੂੰ ਖਤਮ ਕਰ ਦਾਂਗੇ, ਜਿੰਨੇ ਕੁ ਉਹਨੇ ਕੀਤੀ ਕਰ ਦਿੱਤੀ। ਤੁਸੀਂ ਵੀ ਇਹਨਾਂ ਦੀ ਕੋਈ ਮੁਸ਼ਕਲਾਂ ਦੂਰ ਕਰਨ ਦਾ ਜਾਂ ਫਿਰ ਇਹਨਾਂ ਨਾਲ ਪੈਸੇ ਦਾ ਕੰਟੈਕਟ ਕੀਤਾ ਕਿ ਇਹਨੇ ਪੈਸੇ ਦੇਵਾਂਗੇ? ਮੈਨੂੰ ਗੱਲ ਇੱਦਾਂ, ਮੈਂ ਇਹਨਾਂ ਨਾਲ ਕਹਿੰਦੇ ਨੇ ਕਹਿਣ ਨਾਲੋਂ ਕਰਕੇ ਦਿਖਾਉਣਾ ਬਿਹਤਰ ਹੁੰਦਾ। ਨਹੀਂ ਬਿਲਕੁਲ ਏਦਾਂ ਦੀ ਕੋਈ ਗੱਲ ਨਹੀਂ। ਦੇਖੋ ਦੇਖੋ ਏਦਾਂ ਆ, ਇੱਕ ਕੋਸ਼ਿਸ਼ ਕਰਨੀ ਹੁੰਦੀ ਆ। ਦੇਖੋ ਮੈਂ ਐਜ਼ ਏ ਸਿੰਗਰ, ਮੇਰੀ ਸਟਾਰਟਿੰਗ ਆ, ਸ਼ੁਰੂਆਤ ਆ ਮੇਰੀ, ਸ਼ੁਰੂਆਤ ਦੇ ਵਿੱਚ ਕਿਤੇ ਆਸ ਲਗਾਈ ਜਾ ਸਕਦੀ ਹੈ ਕਿ ਮੈਂ ਉਮੀਦ ਕਰਦਾ ਕਿ ਮੇਰਾ ਸੌਂਗ ਚੱਲੇ ਅੱਗੇ, ਵਧੀਆ ਵਧੀਆ ਪ੍ਰੋਡਕਟ ਲੈ ਕੇ, ਪ੍ਰੋਜੈਕਟ ਲੈ ਕੇ ਆਵਾਂ ਮੈਂ। ਉਹ ਪ੍ਰੋਜੈਕਟ ਦੇ ਵਿੱਚ ਪਰਮਾਤਮਾ ਕਰੇ ਮੈਨੂੰ ਤਰੱਕੀ ਦੇਵੇ, ਤੁਹਾਡੇ ਆਸ਼ੀਰਵਾਦ ਸਾਰਿਆਂ ਦਾ ਹੋਵੇ, ਸਰੋਤਿਆਂ ਦਾ ਪਿਆਰ ਮਿਲੇ। ਅਤੇ ਮੈਂ ਕਹਿੰਦਾ ਕਿ ਇਸ ਵੀਰ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਹੋਰ ਤਜ਼ਰਬਾ ਆਵੇ, ਅੱਗੇ ਵਧੇ, ਹੋਰ ਗਾਣਿਆਂ ਦੇ 'ਚ ਸ਼ੋਅ ਲਾਵੇ, ਆਪਣੇ ਆਪ ਨੂੰ ਹੋਰ ਗਰੋ ਕਰੇ, ਇਹਦਾ ਮਿਆਰ ਉੱਚਾ ਚੁੱਕਿਆ ਜਾਵੇ। ਅਤੇ ਮੈਂ ਇਹ ਕੋਸ਼ਿਸ਼ ਹੈ ਕਿ ਇਹਨੂੰ ਸ਼ੋਅ 'ਤੇ ਲੈ ਕੇ ਜਾਵਾਂ, ਇਹਨੂੰ ਸਿਖਾਵਾਂ ਕਿ ਬਾਈ ਆਪਾਂ ਜ਼ਿੰਦਗੀ ਨਾਲ ਕਿਵੇਂ ਵਿਚਰਨਾ ਹੈ, ਆਪਾਂ ਜ਼ਿੰਦਗੀ ਸੰਘਰਸ਼ ਕਿਵੇਂ ਲੜਨੇ ਨੇ, ਆਪਾਂ ਆਪਣਾ ਮਿਆਰ ਕਿੱਦਾਂ 'ਚੋਂ ਚੁੱਕਣਾ। ਤਾਂ ਮੇਰੀ ਅੰਡਰਸਟੈਂਡ 'ਚ ਇਹ ਕੋਸ਼ਿਸ਼ ਰਹੇਗੀ ਕਿ ਇਹਨੂੰ ਹਰ ਸ਼ੋਅ 'ਤੇ ਆਪਣੇ ਨਾਲ ਲੈ ਕੇ ਜਾਵਾਂ। ਅਤੇ ਇਸ ਨੂੰ ਜਦੋਂ ਤੁਸੀਂ ਵਾਪਸ ਆਏ ਸੀ ਆਪਣੇ ਪਿੰਡ ਆਏ ਸੀ ਤਾਂ ਉਦੋਂ ਤੁਸੀਂ ਮੀਡੀਆ 'ਚ ਵੀ ਕਿਹਾ ਸੀ ਕਿ ਸ਼ਾਇਦ ਹੁਣ ਗੁਰਦੁਆਰੇ 'ਚ ਕਿਤੇ ਗ੍ਰੰਥੀ ਦੀ ਤੁਹਾਨੂੰ ਨੌਕਰੀ ਮਿਲ ਜਾਏ ਜਾਂ ਤੁਸੀਂ ਗੁਰੂ ਦੇ ਲੜ ਲੱਗ ਜਾਓ, ਤਾਂ ਕੀ ਉੱਧਰ ਨੂੰ ਸਬੱਬ ਨਹੀਂ ਬਣਿਆ ਜਾਂ ਕੀ ਮਨ ਨਹੀਂ ਟਿਕਿਆ ਉੱਧਰਲੇ ਪਾਸੇ ਕਿ ਦੁਬਾਰਾ ਫਿਰ ਗਾਇਕੀ ਦੇ ਵਿੱਚ ਹੀ ਆਉਣਾ ਪੈ ਗਿਆ? ਨਹੀਂ ਨਹੀਂ, ਮਨ ਤਾਂ ਆਪਣਾ ਦੋਵੇਂ ਪਾਸੇ ਸ਼ੁਰੂ ਤੋਂ ਚੱਲਦਾ ਵਾ। ਮਨ ਆਪਣਾ ਗੁਰੂ ਵਾਲੇ ਪਾਸੇ ਛੋਟੇ ਹੁੰਦਿਆਂ ਤੋਂ ਆਪਣਾ ਮਹਾਰਾਜ ਦੀ ਕਿਰਪਾ, ਆਪਣਾ ਆਪਾਂ ਸ਼ੁਰੂ ਤੋਂ ਆਪਣੀ ਕਿਰਪਾ ਮਹਾਰਾਜ ਦੀ, ਆਪਣਾ ਸੁਭਾਅ ਹੀ ਨਹੀਂ ਬਣਿਆ ਉੱਧਰ ਤੇ। ਹਾਂਜੀ, ਗਾਣਾ ਗੀਤ ਬੋਲਿਆ ਮੈਂ, ਲਿਖਿਆ ਵੀ ਮੇਰਾ, ਅਤੇ ਇਹਨਾਂ ਨੇ ਰੈਪ ਕੀਤਾ, ਰੈਪ ਮੈਂ ਲਿਖਿਆ, ਮੈਂ ਹੀ ਲਿਖ ਕੀਤਾ ਸੀਗਾ, ਇਹਨਾਂ ਨੇ ਰੈਪ ਕੀਤਾ। ਓਕੇ, ਮੈਂ ਬੇਸਿਕਲੀ ਇਹ ਕਿ ਮੈਂ ਦਿਲ 'ਤੇ ਮੈਂ ਕਰਦਾ ਤੁਹਾਨੂੰ ਸਾਰਾ ਸੁਣਾਵਾਂ, ਪਰ ਆਫ ਕੈਮਰਾ ਮੈਂ ਸੁਣਾ ਕੇ ਜਾਊਂਗਾ ਤੁਹਾਨੂੰ। ਬਟ ਇਹ ਕਿ ਉਹ ਗੱਲ ਹੁਣ ਕੱਲ੍ਹ ਰਿਲੀਜ਼ ਹੋਣਾ ਹੈ ਗਾਣਾ, ਅਤੇ ਉਹ ਮੈਂ ਸੁਣਾ ਦੂੰਗਾ। ਓਕੇ, ਸਥਾਈ ਸੁਣਾ ਦਿੰਦਾ ਥੋੜ੍ਹਾ, ਮੈਂ ਬੋਲੂੰਗਾ ਉਸ ਤੋਂ ਬਾਅਦ ਤੂੰ ਰੈਪ ਬੋਲਦੀ, ਠੀਕ ਹੈ? ਉਹ ਜਿਹਨੂੰ ਸੂਰਜ ਵੀ ਕਰਦਾ ਸਲਾਮਾਂ ਬਲੀਏ, ਕਦਮਾਂ 'ਚ ਝੁਕਦੀਆਂ ਸ਼ਾਮਾਂ ਬਲੀਏ, ਚੰਗੀ ਤਰ੍ਹਾਂ ਜਾਣਦਾ ਜਮਾਨਾ ਯੱਟ ਨੂੰ, ਝੂਠਾ ਨਹੀਂ ਹੋਇਆ ਕੋਈ ਬਹਾਨਾ ਯੱਟ ਨੂੰ, ਜੋ ਵੀ ਕਰੇ ਜਦੋਂ ਕਰੇ ਯਾਰ ਪਾਰ ਜੱਟੀਏ, ਖੁੰਡਿਆ ਪੁਰਾਣਾ ਤੇਰਾ ਯਾਰ ਜੱਟੀਏ, ਖੁੰਡਿਆ ਪੁਰਾਣਾ ਤੇਰਾ ਯਾਰ ਜੱਟੀਏ। ਆਪਣਾ ਰਹਿ ਪੈਂਦਾ ਅੱਜ ਤੱਕ ਜ਼ਿੰਦਗੀ 'ਚ ਬੜੇ ਬੜੇ ਵੇਖੇ ਮੈਂ, ਵੱਡੇ ਵੱਡੇ ਬੈਲੀ ਨੀ ਚਪੇੜਾਂ ਨਾਲ ਸੇਕੇ ਮੈਂ,
मैं छड़ी बदमाशी ता शरीफ नहीं हो गया कट देवा मूत जी दे सामने खलो गया। हाँ जी दसा कि कटिया हाँ जी वो गाने च पता लगू तेन बाकी कुछ ना कुछ सस्पेंस ही बने रहना चाहिए ना कि वो कुछ चीज़ा होंगे जी कंपनी के बिहार से सब देखना पैंता है कि लीक ना हो।